हाँ जी करिए फिर शुरू। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਨੇ ਤੁਹਾਡੇ? ਆਈ ਹੋਪ ਹਮੇਸ਼ਾ ਵਾਂਗ ਅੱਜ ਵੀ ਸਾਰੇ ਵਧੀਆ ਹੋਵੋਗੇ। ਵੱਲੋ ਜੀ ਕਾਫੀ ਦਿਨਾਂ ਬਾਅਦ ਅੱਜ ਵਲੌਗ ਬਣਾਉਣ ਲੱਗਿਆ, ਔਰ ਜਿੱਦਾਂ ਮੈਂ ਦੱਸਿਆ ਸੀਗਾ ਕਿ ਮੇਰੇ ਪੇਪਰ ਪੂਪਰ ਨੇ ਜੇ ਵੋ, ਹੈ ਨਾ, ਸੋ ਉਹ ਫਾਈਨਲੀ ਹੁਣ ਖਤਮ ਹੋ ਗਿਆ। ਔਰ ਪਿਛਲੇ 2-3 ਦਿਨ ਦਾ ਵੀ ਮੈਂ ਪੜ੍ਹਾਈ ਪੱਖੋਂ ਫਰੀ ਹੋ ਗਿਆ ਸੀਗਾ, ਬਟ ਕੰਮ ਕਰਕੇ ਅਤੇ ਹੋਰ ਰੀਜ਼ਨਾਂ ਕਰਕੇ ਸਟਾਰਟ ਨਹੀਂ ਕਰ ਪਾ ਰਿਹਾ ਸੀਗਾ। ਔਰ ਵਨ ਆਫ ਦਾ ਰੀਜ਼ਨ ਇਹ ਵੀ ਸੀ ਕਿ ਮੈਂ ਟੋਪਿਕ ਸੋਚ ਰਿਹਾ ਸੀ, ਔਰ ਅੱਜ ਵੀ ਈਵਨ ਟੋਪਿਕ ਕੋਈ ਖਾਸ ਮਿਲਿਆ ਨਹੀਂ। ਬਟ ਅੱਜ ਖਾਸ ਇਹ ਹੈ ਕਿ ਅੱਜ ਦਾ ਦਿਨ ਮਤਲਬ ਮੇਰੀ ਵਾਰੀ ਹੈ ਸਾਫ਼ ਸਫਾਈ ਦੀ, ਇੱਕ ਮੈਂ ਤੁਹਾਨੂੰ ਦਿਖਾ ਵੀ ਦਿੰਦਾ। ਬੇਸਿਕਲੀ ਇੱਦਾਂ ਸਾਡੇ ਵਾਰੀਆਂ ਹੀ ਰੱਖਦੇ ਹਾਂ। ਲਾਸਟ ਆਈ ਥਿੰਕ ਦਸੰਬਰ 'ਚ ਮੇਰੀ ਵਾਰੀ ਸੀਗੀ 10 ਤਰੀਕ ਨੂੰ, ਬਟ 10 ਤਰੀਕ ਨੂੰ ਕਿਸੇ ਰੀਜ਼ਨ ਕਰਕੇ ਮੈਂ ਕਰ ਨਹੀਂ ਪਾਇਆ। ਸੋ ਜਿੰਨੀ ਵਾਰੀ ਅੱਜ ਆ ਉਹਨੇ ਮੇਰੀ ਵਾਰੀ 'ਤੇ ਕਰਤਾ, ਸੋ ਅੱਜ ਮੈਨੂੰ ਸਾਫ਼ ਸਫਾਈ ਕਰਨੀ ਪੈਣੀ ਹੈ। ਸੋ ਸੋਚਿਆ ਉਸਦੇ ਉੱਪਰ ਹੀ ਵਲੌਗ ਬਣਾ ਦੇਵਾਂ ਕਿ ਕਿੱਕਣਾ ਦਾ ਕੀ ਹਿਸਾਬ ਹੈ। ਬੇਸਿਕਲੀ ਯਾਰ ਉਰੇ ਸਾਫ਼ ਸਫਾਈ ਐਵੇਂ ਆ ਵੀ, ਹੈ ਨਾ, ਹਰ ਇੱਕ ਘਰ ਦਾ ਆਪਣਾ ਰੂਲ ਹੁੰਦਾ ਉਰੇ, ਕਿਉਂਕਿ ਮੈਂ ਪੰਜਾਬੀ ਕਮਿਊਨਿਟੀ ਦੇ ਤਾਂ ਮੈਂ ਇਕੱਲਾ ਹੀ ਰਹਿੰਦਾ, ਹੈ ਨਾ, ਸਿਵਾਏ 2 ਗਰਲਸ ਦੇ, ਉਸਦੇ ਬਿਨਾਂ ਬਾਕੀ ਕਮਿਊਨਿਟੀਜ਼ ਦੇ ਰਹਿੰਦੇ ਹਾਂ। ਸੋ ਅਸੀਂ ਰੂਲ ਬਣਾਏ ਹੋਏ ਕਿ ਹਰ ਸੋਮਵਾਰ ਕਿਹਨੇ ਕਿਹਨੇ ਸਫਾਈ ਕਰਨੀ ਹੈ, ਤਾਂ ਜੋ, ਹੈ ਨਾ, ਘਰ ਵੀ ਵਧੀਆ ਬਣਿਆ ਰਹੇ, ਕਿਉਂਕਿ ਜਿੱਥੇ ਰਹਿਣਾ ਐਟਲੀਸਟ ਉਹ ਚੀਜ਼ ਤਾਂ ਸਾਫ਼ ਚਾਹੀਦੀ ਹੋਵਾਂ। ਪਲੱਸ ਐਂ ਹੁੰਦਾ ਕਿ ਕੱਲ੍ਹ ਨੂੰ ਮੋਰਨਿੰਗ, ਯਾਨੀ ਕਿ ਟਿਊਜ਼ਡੇ ਮੋਰਨਿੰਗ ਗਾਰਬੇਜ ਵਾਲਾ ਲੈਣ, ਹੈ ਨਾ, ਚੱਕ ਕੇ ਲੈ ਕੇ ਜਾਂਦੇ ਹਾਂ। ਸੋ ਅਸੀਂ ਇੱਕ ਦਿਨ ਪਹਿਲਾਂ ਸਾਰੀ ਸਾਫ਼ ਸਫਾਈ ਕਰ ਦਿੰਦੇ ਹਾਂ, ਅਤੇ ਮਤਲਬ ਚੰਗੀ ਤਰ੍ਹਾਂ ਘਰ ਦੀ, ਹੈ ਨਾ, ਠੀਕ ਹੈ, ਸਾਰੀਆਂ ਚੀਜ਼ਾਂ ਉੱਦਾਂ ਡੇਲੀ ਜਿਹੜੀ ਮਾੜੀ ਮੋਟੀ ਹੋਣੀ ਉਹ ਤਾਂ ਕਰਦੇ ਰਹਿੰਦੇ, ਠੀਕ ਹੈ। ਸੋ ਬਸ ਜੀ ਕਰਦੇ ਹਾਂ ਫਿਰ ਸਟਾਰਟ, ਅਤੇ ਕਰੋ ਜੀ ਇੰਜੋਏ ਫਿਰ ਵੀਡੀਓ। ਚਲੋ ਜੀ ਕਰਦੇ ਹਾਂ ਫਿਰ ਸਟਾਰਟ, ਔਰ ਸਭ ਤੋਂ ਪਹਿਲੀ ਚੀਜ਼ ਗਲਵਸ, ਕਿਉਂਕਿ ਹਾਈਜੀਨ ਜ਼ਰੂਰੀ ਹੈ। ਸੋ ਗਲਵਸ ਪਾ ਲਈਏ, ਫਿਰ ਤੁਹਾਨੂੰ ਪ੍ਰੋਸੈਸ ਸਮਝਾਉਂਦੇ ਹਾਂ ਕਿ ਮੈਂ ਕਿਸ ਤਰ੍ਹਾਂ ਕਰਦਾ ਔਰ ਕੀ ਮੇਰਾ ਮਤਲਬ ਪਲਾਨ ਜਿਹਾ ਹੁੰਦਾ। ਸੋ ਪਹਿਲਾਂ ਗਲਵਸ ਪਾ ਲੈਂਦੇ ਹਾਂ। ਸੋ ਜੀ ਗਲਵਸ ਪਾ ਲਿਆ। ਸੋ ਪਲਾਨ ਐਕਣਾ ਬੇਸਿਕਲੀ ਮੈਂ 2-3 ਹਿੱਸੇ 'ਚ ਵੰਡ ਲੈਂਦਾ ਹੁੰਦਾ। ਸਭ ਤੋਂ ਪਹਿਲੀ ਚੀਜ਼ ਜਿਹੜੇ ਮਤਲਬ ਮੇਨ ਗਾਰਬੇਜ ਆ, ਫੂਡ ਵੇਸਟ ਹੋ ਗਿਆ ਇਹ ਸਭ, ਠੀਕ ਹੈ, ਜਿਹੜਾ ਮਤਲਬ ਡਸਟਬੀਨਾਂ 'ਚ ਅਸੀਂ ਪਾਉਂਦੇ ਹਾਂ, ਸਭ ਤੋਂ ਪਹਿਲਾਂ ਮੈਂ ਉਹਨੂੰ ਕਲੈਕਟ ਕਰਦਾ, ਅਤੇ ਫਿਰ ਉਹ ਤੋਂ ਬਾਅਦ, ਠੀਕ ਆ, ਆਪਾਂ ਕਿਚਨ ਕੁਚਨ ਸਾਫ਼ ਕਰ ਦਈਦਾ, ਅਤੇ ਉਹ ਤੋਂ ਬਾਅਦ ਫਿਰ ਆਪਾਂ ਫਰਸ਼ ਫੂਡ ਸਾਫ਼ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਇੱਕ ਬਿਨ ਪਿਆ ਇਹਦੇ ਅੰਦਰ ਜਿਹਦੇ 'ਚ ਫੂਡ ਵੇਸਟ ਪਾਉਂਦੇ ਹਾਂ, ਔਰ ਦੂਜੇ ਬਿਨ ਪਏ ਆ ਜੀ ਉਹ, ਅਤੇ ਉਹ ਤੋਂ ਬਾਅਦ ਵਾਸ਼ਰੂਮ 'ਚ ਜਿਹੜੇ ਬਿਨ ਪਏ ਆ ਉਹ ਸਾਫ਼ ਕਰਨੇ ਆ। ਸੋ ਕੁੱਲ ਮਿਲਾ ਕੇ 5-6 ਬਿਨ ਨੇ, ਸਾਰਿਆਂ ਨੂੰ ਕਲੈਕਟ ਕਰਕੇ ਆਪਾਂ ਬਾਹਰ ਗੈਰੇਜ 'ਚ ਰੱਖਾਂਗੇ। ਉਹ ਤੋਂ ਬਾਅਦ ਗੈਰੇਜ ਵਾਲਾ ਪ੍ਰੋਸੈਸ ਮੈਂ ਬਾਅਦ 'ਚ ਦੱਸੂਗਾ ਨਾ ਕਿ ਕਿਹੜੇ ਬੋਕਸ 'ਚ ਆਪਾਂ ਕੀ ਪਾਉਂਦੇ ਹਾਂ। ਪਹਿਲਾਂ ਮੈਂ ਸਾਰਾ ਸਮਾਨ ਚੱਕ ਕੇ ਉੱਥੇ ਰੱਖ ਦਿੰਦਾ ਨਾ, ਉਹ ਤੋਂ ਬਾਅਦ ਆਹ ਸਾਫ਼ ਸਫਾਈਆਂ ਕਰਕੇ, ਅਤੇ ਉਸ ਤੋਂ ਬਾਅਦ ਥੱਲੇ ਸਾਫ਼ ਕਰਕੇ, ਫਿਰ ਉਸ ਤੋਂ ਬਾਅਦ ਮੈਂ ਗਾਰਬੇਜ ਵਾਲਾ ਅਲੱਗ ਐਂਡ ਸਭ ਤੋਂ ਐਂਡ 'ਚ ਕਰਦਾ ਹੁੰਦਾ। ਸੋ ਕਰਦੇ ਹਾਂ ਜੀ, ਬੜੇ ਬਿਨ ਆਲਮੋਸਟ ਹੋ ਗਿਆ। ਸੋ ਹੁਣ ਰਹਿ ਗਿਆ ਬਾਥਰੂਮ, ਤੋਂ ਬਾਅਦ ਫਿਰ ਕਰਦੇ ਹਾਂ ਕਿਚਨ ਦੀ ਸਫਾਈ ਸਟਾਰਟ। ਚਲੋ ਜੀ ਗਾਰਬੇਜ ਤਾਂ ਆਪਾਂ ਸਾਰਾ ਚੱਕਤਾ, ਬਟ ਕਿਚਨ ਦੀ ਸਫਾਈ ਸਟਾਰਟ ਕਰਨ ਤੋਂ ਪਹਿਲਾਂ ਇੱਕ ਵਾਰ ਸਾਰਿਆਂ 'ਚ ਪੋਲੀਥੀਨ ਪਾਉਣੇ ਆ, ਮਤਲਬ ਗਾਰਬੇਜ ਬੈਗਸ ਵਗੈਰਾ, ਸੋ ਡੈਟ ਅਗਲੇ ਬੰਦਾ ਜਿਹੜਾ ਵੀ ਚੱਕੂਗਾ ਉਹਨੂੰ ਸੌਖਾ ਹੋ ਜਾਵੇ ਕਲੈਕਟ ਕਰਨਾ, ਨਹੀਂ ਤਾਂ ਕਿਉਂਕਿ ਐਂ ਤਾਂ ਡਸਟਬਿਨ ਵੀ ਗੰਦੇ ਹੋ ਜਾਂਦੇ ਆ। ਸੋ ਉਹਨੇ ਜਿਹਨੂੰ ਪਹਿਲਾਂ ਆਓ, ਫਿਰ ਉਸ ਤੋਂ ਕਿਚਨ ਦੀ ਸਫਾਈ ਸਟਾਰਟ ਕਰਦੇ। ਡਨ, ਔਰ ਹੁਣ ਕਰਦੇ ਹਾਂ ਫਾਈਨਲੀ ਕਿਚਨ ਸਟਾਰਟ, ਬਟ ਉਸ ਤੋਂ ਪਹਿਲਾਂ ਗਲਵਸ ਚੇਂਜ ਕਰ ਲਈਏ, ਅਤੇ ਬਸ ਜੀ ਕਿਚਨ ਕਰਕੇ ਫਿਰ ਵਾਸ਼ਰੂਮ ਵਗੈਰਾ ਚੈੱਕ ਕਰਾਂਗੇ ਜੇ ਉਹ ਕਰਨ ਵਾਲੇ ਹੋਏ, ਅਤੇ ਉਸ ਤੋਂ ਬਾਅਦ ਫਿਰ ਫਰਸ਼ ਫੁਰਸ਼ ਸਾਫ਼ ਕਰਕੇ ਫਿਰ ਦੇਖਦੇ ਹਾਂ ਅੱਗੇ ਦਾ। ਸੋ ਪਹਿਲਾਂ ਕਿਚਨ। ਸੋ ਕਿਚਨ ਤਾਂ ਬੇਸਿਕਲੀ ਇੱਦਾਂ ਕਿ ਸਭ ਤੋਂ ਪਹਿਲਾਂ ਤਾਂ ਮੈਂ ਜੇ ਕਿਸੇ ਦੇ ਵੈਸੇ ਉਰੇ ਸਬਜ਼ੀ ਸੁਬਜ਼ੀ ਪਈ ਹੁੰਦੀ ਹੈ ਜਾਂ ਕਿਸੇ ਦਾ ਖਾਣਾ ਪਿਆ ਹੁੰਦਾ, ਉਹ ਆਪਾਂ ਚੱਕ ਕੇ ਪਰਲੀ ਸਾਈਡ ਰੱਖ ਦਈਦਾ, ਪਰਲੀ ਸ਼ੈਲਫ 'ਤੇ ਉੱਧਰ, ਅਤੇ ਉਰੇ ਆਪਾਂ 2 ਕੰਮ ਕਰਨੇ, ਇੱਕ ਤਾਂ ਸਾਰਾ, ਠੀਕ ਆ, ਉੱਪਰ ਵਾਲਾ ਸਾਫ਼ ਕਰਨਾ, ਪਲੱਸ ਵੈਂਟ ਸਾਫ਼ ਕਰਨੇ ਆ, ਸਿੰਕ ਸਾਫ਼ ਕਰ ਦਈਦਾ ਜੇ ਗੰਦਾ ਹੁੰਦਾ, ਬਸ ਕੁਦਰਤੀ ਸਾਫ਼ ਹੀ ਹੈ, ਅਤੇ ਉਸ ਤੋਂ ਬਾਅਦ ਸੈਲਫ ਸਾਫ਼ ਕਰ ਦਈਏ। ਸੋ ਬਸ ਜੀ ਆਹ ਕੰਮ ਹੈ, ਓਵਨ ਆਪਾਂ ਕਰਦੇ ਨਹੀਂ, ਸੋ ਗੰਦਾ ਹੁੰਦਾ ਨਹੀਂ, ਇਸ ਕਰਕੇ ਛੋਟਾ ਓਵਨ ਰੱਖਿਆ, ਅਤੇ ਬਸ ਜੀ ਲੱਗਦੇ ਹਾਂ ਫਿਰ ਹੁਣ। ਕਲੀਨਰ ਆ
ਆਪਾਂ ਫੇਰਤਾ ਹੈ ਬੇਸਿਕਲੀ, ਵੈਸੇ ਤਾਂ ਇਹ ਵਾਟਰਲੈਸ ਕਲੀਨਰ ਹੈ, ਮਤਲਬ ਫੇਰ ਕੇ ਇੱਦਾਂ 'ਚ ਆਪਾਂ ਛੱਡ ਸਕਦੇ ਹਾਂ, ਬਟ ਮੈਨੂੰ ਇਹਦੀ ਕਾਇੰਡ ਆਫ ਫ੍ਰੈਗਰੈਂਸ ਹੀ ਵਧੀਆ ਨਹੀਂ ਲੱਗਦੀ, ਅਤੇ ਮੈਨੂੰ ਐਂ ਹੁੰਦਾ ਕਿ ਯਾਰ ਕਿਤੇ ਖਾਣਾ ਖੁਣਾ ਬਣਾਉਣਾ, ਸੋ ਮੈਂ ਕੀ ਕਰਦਾ ਹੁੰਦਾ ਉਹਨੇ ਥੋੜ੍ਹਾ ਟਾਈਮ ਮੈਨੂੰ ਵੈਸੇ ਹੀ ਛੱਡ ਦਿੰਦਾ। ਮੀਨ ਬਾਏ ਆਪਾਂ ਉਹਨੇ ਵੈਂਟ ਵਗੈਰਾ ਜੇ ਉਹ ਸਾਫ਼ ਕਰ ਦਈਦੇ ਹਾਂ, ਅਤੇ ਉਹ ਤੋਂ ਬਾਅਦ ਮੈਂ ਪਾਣੀ ਨਾਲ ਗਿੱਲਾ ਕਰਕੇ ਇੱਕ ਵਾਰ ਦੁਬਾਰਾ ਫਿਰ ਮੈਂ ਕੱਪੜਾ ਫੇਰ ਦਿੰਦਾ ਹੁੰਦਾ। ਸੋ ਜਿੰਨੇ ਟਾਈਮ ਨੂੰ ਇਹ ਸੁੱਕਦਾ ਉਹਨਾਂ ਟਾਈਮ ਨੂੰ ਆਪਾਂ ਕਰਦੇ ਜੀ ਹੁਣ ਵੈਂਟ ਸਾਫ਼। ਆਪਣੇ ਹੋ ਗਿਆ ਸਾਫ਼, ਸੋ ਹੁਣ ਗਿੱਲਾ ਕੱਪੜਾ ਕਰਕੇ ਆਪਾਂ ਬਸ ਇੱਕ ਦੋ ਵਾਰ ਉਹਦੇ ਪਰ ਫੇਰਨਾ, ਅਤੇ ਨਾਲ ਸ਼ੈਲਫ ਜੀ ਸਾਫ਼ ਕਰਨੀ ਆ, ਅਤੇ ਆਪਣਾ ਕਿਚਨ ਦਾ ਕੰਮ ਹੈ ਜੀ ਡਨ। ਫਿਰ ਉਹ ਤੋਂ ਬਾਅਦ ਲੱਗਦੇ ਹਾਂ ਆਪਾਂ ਫਰਸ਼ 'ਤੇ, ਬਟ ਇੱਕ ਵਾਰ ਪਹਿਲਾਂ ਜਾ ਕੇ ਵਾਸ਼ਰੂਮ ਚੈੱਕ ਕਰਦੇ। ਸੋ ਪਹਿਲਾਂ ਇੱਕ ਕੋਰਾ ਫੇਰ ਲਈਏ ਹੁਣ। ਸਾਰਾ ਕੁਛ ਹੋ ਗਿਆ ਸੀ ਡਨ, ਬਟ ਇੱਕ ਵਾਰ ਮੈਂ ਮਾਈਕਰੋਵੇਵ ਜੇ ਖੋਲ੍ਹ ਕੇ ਦੇਖਿਆ, ਅਤੇ ਇੱਕ ਮਾਈਕਰੋਵੇਵ ਦਾ ਬੁਰਾ ਹਾਲ ਹੈ, ਮੈਨੂੰ ਨਹੀਂ ਪਤਾ ਕਿਹਨੇ ਖਾਣਾ ਬਣਾਇਆ, ਕਿਉਂਕਿ ਮੈਂ ਮੋਸਟਲੀ ਇੱਧਰ ਵਾਲਾ ਯੂਜ਼ ਕਰਦਾ, ਸੋ ਇਹ ਤਾਂ ਕਾਫੀ ਸਾਫ਼ ਆ। ਦੂਜੇ ਦੇ ਹਾਲਾਤ ਮੈਂ ਤੁਹਾਨੂੰ ਦਿਖਾ ਦਿੰਦਾ, ਬੜਾ ਬੁਰਾ ਹਾਲ ਕੀਤਾ ਵਾ, ਸੋ ਹੁਣ ਇਹ ਵੀ ਸਾਫ਼ ਕਰਨਾ ਪੈਣਾ ਪਹਿਲਾਂ, ਅਤੇ ਇਹ ਕਰਕੇ ਬਸ ਫਿਰ ਅੱਗੇ ਦੇ ਕੰਮ ਪਰ ਲਾਦੇ, ਹੁਣ ਪਹਿਲਾਂ ਇਹ ਸਾਫ਼ ਕਰ ਲਈਏ। ਡਨ, ਔਰ ਸ਼ੈਲਫ ਸ਼ੈਲਫ ਵੀ ਆਪਾਂ ਕਰਤੀ ਹੈ, ਸੋ ਵਾਸ਼ਰੂਮ ਮੈਂ ਚੈੱਕ ਕਰਿਆ ਸੀਗਾ, ਉੱਪਰ ਵਾਲਾ ਸਾਫ਼ ਹੀ ਆ ਆਲਮੋਸਟ, ਅਤੇ ਥੱਲੇ ਵਾਲਾ ਮੈਂ ਵੈਸੇ ਵੀ ਹੁਣ ਨਹਾ ਨਹੂ ਕੇ ਫੇਰ ਕਰੂੰਗਾ, ਅਤੇ ਹੁਣ ਬਸ ਰਹਿ ਗਏ ਜੀ ਥੱਲੇ ਫਰਸ਼ ਬਸ ਜੀ ਇਹ ਕਰਕੇ। ਫਿਰ ਬਾਹਰ ਤੁਹਾਨੂੰ ਗਾਰਬੇਜ ਦਾ ਸਿਸਟਮ ਦੱਸਦਾ, ਅਤੇ ਨਾਲੇ ਜਿਹੜੇ ਬੰਦੇ ਕੈਨੇਡਾ 'ਚ ਨਵੇਂ ਆਏ ਆ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਪਤਾ ਲੱਗ ਜੂਗਾ ਕਿ ਕਿਹੜੀ ਚੀਜ਼ ਕਿਹੜੇ ਬਿੰਨ 'ਚ ਜਾਂਦੀ ਆ, ਅਤੇ ਉਸ ਤੋਂ ਬਾਅਦ ਸੌਂਦੇ ਹਾਂ ਜੀ, ਕਿਉਂਕਿ ਟਾਈਮ ਆਲਮੋਸਟ ਹੋ ਗਿਆ ਹੈ, 2:30 ਵੱਜ ਗਏ ਨੇ, 2:30 ਵੱਜ ਗਏ, ਸੋ ਪੈਨੇ ਆ ਯਾਰ ਹੁਣ, ਬਸ ਜੀ ਨੂੰ ਵੇਟਦੇ ਹਾਂ ਫਿਰ। ਬੇਸਿਕਲੀ ਗਾਰਬੇਜ ਗੁਰਬੇਜ ਆਪਾਂ ਸਾਰਾ ਚੱਕ ਕੇ ਲਿਆਂਦਾ ਉਰੇ, ਔਰ ਕਿਚਨ ਵੀ ਹੋ ਗਿਆ, ਵਾਸ਼ਰੂਮ ਵੀ ਹੋ ਗਏ ਨੇ, ਫਰਸ਼ ਫੁਰਸ਼ ਵੀ ਹੋ ਗਿਆ, ਮਤਲਬ ਅੰਦਰੋਂ ਘਰ ਦੀ ਸਫਾਈ ਸਾਰੀ ਹੋ ਗਈ ਡਨ। ਹੁਣ ਬੇਸਿਕਲੀ ਆਹ ਸਾਰਾ ਗਾਰਬੇਜ ਪਿਆ ਜਿਹਨੂੰ ਆਪਾਂ ਚੱਕ ਕੇ ਅਲੱਗ ਅਲੱਗ ਬਿੰਨਾਂ 'ਚ ਪਾ ਕੇ ਬਾਹਰ ਰੱਖਣਾ, ਔਰ ਇਨ ਕੇਸ ਕੋਈ ਜਿਹੜੇ ਨਵੇਂ ਆਏ ਨੇ ਹੈ ਨਾ ਉਹਨਾਂ ਨੂੰ ਮੈਂ ਗਾਈਡ ਜਿਹਾ ਇਹ ਦੱਸ ਦੇਵਾਂ। ਬੇਸਿਕਲੀ 4 ਤਰ੍ਹਾਂ ਦੇ ਬਿੰਨ ਹੁੰਦੇ ਆ, ਗ੍ਰੀਨ ਹੁੰਦਾ, ਬਲੂ ਹੁੰਦਾ, ਗ੍ਰੇ ਹੁੰਦਾ, ਅਤੇ ਗਾਰਬੇਜ ਬਿੰਨ ਹੁੰਦਾ। ਗ੍ਰੀਨ 'ਚ ਬੇਸਿਕਲੀ ਖਾਣ ਪੀਣ ਜਾਂ ਪੇਪਰ ਟਿਸ਼ੂ, ਮਤਲਬ ਜਿਹੜੇ ਰੀਸਾਈਕਲ ਹੋਣ ਵਾਲੀਆਂ ਚੀਜ਼ਾਂ ਜਿਹੜੀਆਂ ਕੰਪੋਜ਼ ਹੋ ਜਾਣ, ਸੋਰੀ ਡੀਕੰਪੋਜ਼ ਹੋ ਜਾਣ ਕਾਇੰਡ ਆਫ, ਉਹ ਚੀਜ਼ਾਂ ਆਪਾਂ ਗ੍ਰੀਨ 'ਚ ਪਾਉਂਦੇ ਹਾਂ, ਅਤੇ ਗ੍ਰੇ 'ਚ ਪਾਉਂਦੇ ਹਾਂ ਆਪਾਂ ਜਿੱਦਾਂ ਕਿ ਪੇਪਰ ਹੋ ਗਿਆ, ਕਾਰਡਬੋਰਡ ਕੂਡਬੋਰਡ ਹੋ ਗਏ, ਇਹ ਸਭ ਚੀਜ਼ਾਂ। ਬਲੂ 'ਚ ਵੀ ਬੇਸਿਕਲੀ ਸੇਮ ਚੀਜ਼ਾਂ, ਪਰ ਬਲੂ 'ਚ ਆਪਾਂ ਬੇਸਿਕਲੀ ਪਲਾਸਟਿਕ ਜਾਂ ਜਿਹੜੇ ਕੈਲੇ ਕਾਗਜ਼ ਹੁੰਦੇ ਜਿੱਦਾਂ ਜੂਸਿਸ ਦੇ ਬੋਕਸਿਸ ਵਗੈਰਾ, ਬਲੂ 'ਚ ਉਹ ਪਾਉਂਦੇ ਹਾਂ, ਔਰ ਗਾਰਬੇਜ 'ਚ ਆਪਾਂ ਬੇਸਿਕਲੀ ਉਹ ਚੀਜ਼ਾਂ ਜਿਹੜੀਆਂ ਨੋਨ ਰੀਸਾਈਕਲੇਬਲ ਹੁੰਦੀਆਂ, ਠੀਕ ਆ। ਬਟ ਤੁਹਾਨੂੰ ਸਿੰਪਲ ਜਿਹਾ ਫੰਡਾ, ਆਲਦੋ ਸਾਡੇ ਕੋਲ ਗ੍ਰੀਨ ਤਾਂ ਨਹੀਂ ਹੈਗਾ, ਪਰ ਸਾਡੇ ਕੋਲ ਬਲੂ, ਗ੍ਰੇ ਅਤੇ ਗਾਰਬੇਜ ਬਿਨ ਹੈਗਾ, ਬਟ ਸਿੰਪਲ ਜਿਹਾ ਫੰਡਾ ਕਾਫੀ ਘਰਾਂ 'ਚ ਜਾਂ ਕਾਫੀ ਜਿਵੇਂ ਮੈਂ ਪਹਿਲਾਂ ਵੀ ਰਿਹਾ ਸੀ ਐਮੀ ਉਹਨਾਂ ਕੋਲ, ਉੱਥੇ ਆਪਾਂ ਇੰਨੇ ਸਾਰੇ ਨਹੀਂ ਯੂਜ਼ ਕਰਦੇ, ਬੇਸਿਕਲੀ 2 ਯੂਜ਼ ਕਰਦੇ ਹਾਂ। ਜਿਹੜੇ ਖਾਣ ਪੀਣ ਵਾਲਾ ਹੁੰਦਾ ਉਹ ਵੀ ਆਪਾਂ ਅਲੱਗ ਬਲੈਕ ਲਿਫਾਫੇ 'ਚ ਗਾਰਬੇਜ 'ਚ ਪੈਕ ਕਰਕੇ ਆਪਾਂ ਉਹ ਸਾਈਡ ਪਰ ਰੱਖ ਦਿੰਦੇ, ਜਿਹੜਾ ਬੜਾ ਬਿੰਨ ਦਾ ਗਾਰਬੇਜ ਬਿਨ ਉਹ 'ਚ ਹੀ ਰੱਖ ਦਿੰਦੇ, ਅਤੇ ਜਿਹੜੇ ਕਾਰਡਬੋਰਡ ਕੂਡਬੋਰਡ ਹੁੰਦੇ ਆ, ਪੇਪਰ ਕਾਰਡਬੋਰਡ ਸਾਰਾ, ਇਹ ਆਪਾਂ ਬਲੂ 'ਚ ਜਾਂ ਗ੍ਰੇ 'ਚ ਕਿਸੇ 'ਚ ਵੀ ਇੱਕ 'ਚ ਪਾ ਕੇ ਨਾਲ ਰੱਖ ਦਿੰਦੇ ਹਾਂ। ਸੋ ਅਗਰ ਤੁਹਾਡੇ ਕੋਲ ਨਹੀਂ ਹੈਗੇ ਸਾਰੇ, ਤਾਂ ਐਟਲੀਸਟ ਇਹਨਾਂ ਦੋਵਾਂ ਨੂੰ ਅਲੱਗ ਅਲੱਗ ਕਰ ਦੇਣਾ ਚਾਹੀਦਾ, ਮਤਲਬ ਕੈਨਾਂ ਕੂਨਾਂ ਹੋ ਗਈਆਂ, ਕਾਰਡਬੋਰਡ ਹੋ ਗਏ, ਅਤੇ ਖਾਣ ਪੀਣ, ਇਹਨਾਂ ਸਾਰਿਆਂ ਨੂੰ ਅਲੱਗ ਅਲੱਗ ਰੱਖ ਦਿਉ। ਈਵਨ ਇਫ ਜੇ ਆਪਣੇ ਕੋਲ ਸੇਮ ਕਲਰ ਦਾ ਵੀ ਹੈਗਾ ਤਾਂ ਵੀ ਮਿਕਸ ਨਾ ਕਰੋ, ਸੋ ਬਸ ਆਹੀ ਚੀਜ਼ ਹੁੰਦੀ ਆ। ਸੋ ਬਸ ਜੀ ਹੁਣ ਕਰਦੇ ਹਾਂ ਪੈਕ ਸਾਰਿਆਂ ਨੂੰ, ਅਤੇ ਰੱਖਦੇ ਹਾਂ ਬਾਹਰ, ਕਿਉਂਕਿ ਸੁਬਹਾ 7 ਵਜੇ ਗੱਡੀ ਆ ਜਾਂਦੀ ਹੈ ਚੱਕਣ। ਬਸ ਲਈ ਮੋਸਟਲੀ ਸਾਰਿਆਂ ਦੀ ਉਰੇ ਜਿੱਥੇ ਮੈਂ ਐਮੀ ਉਹਨਾਂ ਕੋਲ ਸੀਗਾ, ਉਹਨਾਂ ਕੋਲ ਵੀ ਮੰਗਲਵਾਰ ਨੂੰ ਸੁਬਹਾ 7-8 ਵਜੇ ਆ ਜਾਂਦੀ, ਸੋ ਮੰਗਲਵਾਰ ਜਿਹਦੇ ਟਾਈਮ ਹੁੰਦਾ। ਸੋ ਬਸ ਜੀ ਹੁਣ ਕਰਦੇ ਹਾਂ ਡਨ, ਅਤੇ ਉਸ ਤੋਂ ਬਾਅਦ ਕਰਦੇ ਹਾਂ ਜੀ ਅੱਜ ਦੀ ਵੀਡੀਓ ਦਾ ਐਂਡ। ਬਾਕੀ ਕੱਲ੍ਹ ਦੇ ਕੀ ਪਲਾਨ ਨੇ ਉਹ ਤੁਹਾਨੂੰ ਹੁਣ ਬਾਅਦ 'ਚ ਦੱਸਦੇ ਹਾਂ, ਪਹਿਲਾਂ ਆਪਾਂ ਇਹ ਕਰ ਲਈਏ ਸਰ। ਫਾਈਨਲੀ ਗਾਰਬੇਜ ਦਾ ਹੋ ਗਿਆ ਡਨ, ਅਤੇ ਵੈਲ ਆਲਮੋਸਟ 2:30 ਵੱਜ ਗਏ ਨੇ, ਸੋ ਹੁਣ ਨਹਾ ਨਹੂ ਕੇ ਆਰਾਮ ਕਰਦੇ ਹਾਂ, ਕਿਉਂਕਿ ਸੁਬਹਾ ਸ਼ਾਇਦ ਮੈਂ ਕੱਲ੍ਹ ਨੂੰ ਜੋਬ ਤਾਂ ਹੈ ਨਹੀਂ, ਕੱਲ੍ਹ ਨੂੰ ਮੈਂ ਫ੍ਰੀ ਹਾਂ, ਸੋ ਮੇ ਬੀ ਮੈਂ ਗੁਰਦੁਆਰਾ ਸਾਹਿਬ ਜਾਵਾਂ,
ਨਾਇਗਰਾ ਫਾਲਸ ਅਤੇ ਇੱਕ ਕਿਸੇ ਨੂੰ ਜੋਬ ਰਿਗਾਰਡਿੰਗ ਜਿਹੜੀ ਇੰਪਲੋਇਮੈਂਟ ਸੈਂਟਰ 'ਚ ਉਹਨੇ ਉੱਥੇ ਲੈ ਕੇ ਜਾਣਾ। ਸੋ ਦੋ ਤਿੰਨ ਸੈਂਟਰਾਂ 'ਚ ਜਾ ਕੇ ਉਸ ਤੋਂ ਬਾਅਦ ਮੌਲ ਇੱਕ ਕੰਮ ਹੈ, ਉਹ ਤੋਂ ਬਾਅਦ ਸਿੱਧਾ ਆਪਾਂ ਜਾਵਾਂਗੇ ਜੀ ਗੁਰਦੁਆਰਾ ਸਾਹਿਬ। ਹੋਪ ਸੋ ਸਾਰਾ ਪ੍ਰੋਸੈਸ ਰਿਕਾਰਡ ਕਰਾਂ, ਬਟ ਫਿਲਹਾਲ ਲਈ ਜੀ ਇਹ ਵਲੋਗ 'ਚ ਇੰਨਾ ਹੀ। ਆਈ ਹੋਪ ਥੋੜ੍ਹਾ ਬਹੁਤਾ ਇਨਫੋਰਮੇਟਿਵ, ਥੋੜ੍ਹਾ ਬਹੁਤਾ ਇੰਟਰਸਟਿੰਗ ਹੋਵੇ, ਕੁਛ ਸੀਗਾ ਨਹੀਂ ਇਸ ਕਰਕੇ ਮਿਸ 'ਤੇ ਬਣਾਤਾ। ਬਾਕੀ ਜੀ ਹੁਣ ਤੋਂ ਕਰਿਓ ਸਪੋਰਟ, ਟਰਾਈ ਕਰੂੰਗਾ ਮੈਂ ਰੈਗੂਲਰ ਵਲੋਗ ਬਣਾਵਾਂ, ਕਿਉਂਕਿ ਹੁਣ ਆਲਮੋਸਟ ਮੈਂ ਵਿਹਲਾ ਹੀ ਹਾਂ 10-15 ਕੁ ਦਿਨ। ਸੋ ਠੀਕ ਹੈ ਜੀ, ਮਿਲਦੇ ਹਾਂ ਜੀ ਨੈਕਸਟ ਵਲੋਗ 'ਚ। ਟਿਲ ਦੈਨ ਟੇਕ ਕੇਅਰ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ, ਬਾਏ ਬਾਏ।